ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਅਸੀਂ ਬਣਾਵਾਂਗੇ ਛੋਟੇ ਛੋਟੇ ਮਿੰਨੀ ਹੈਂਡ ਬੈਗ, ਬਹੁਤ ਹੀ ਪਿਆਰੇ, ਬਹੁਤ ਹੀ ਈਜ਼ੀ ਵੇ ਨਾਲ। ਇਹਦੇ ਵਾਸਤੇ ਮੈਂ ਸਭ ਤੋਂ ਪਹਿਲਾਂ ਦੋ ਬੈਗ ਪ੍ਰਿਪੇਅਰ ਕਰਦੀ ਹਾਂ। ਉਹਦੇ ਵਾਸਤੇ ਮੈਂ ਦੋ ਹੈਂਡਲਸ ਬਣਾਏ ਆ, ਉਹਨਾਂ ਨੂੰ ਹਾਫ 'ਚੋਂ ਕੱਟ ਕਰ ਲਿਆ। ਇਹਨਾਂ ਦੀ ਮੇਜ਼ਰਮੈਂਟ ਟੋਟਲ ਸੀ 34.5 ਇੰਚ, ਹਾਫ ਕੱਟ ਕਰ ਦਿੱਤਾ ਇਹਨਾਂ ਨੂੰ। ਇਸ ਤੋਂ ਬਾਅਦ ਮੈਂ ਮੇਨ ਫੈਬਰਿਕ ਲਿਆ ਹੈ, ਇਹ ਕੋਟਨ ਦਾ ਨਹੀਂ ਹੈਗਾ, ਇਹ ਥੋੜ੍ਹਾ ਜਿਹਾ ਲੈਦਰ ਟਾਈਪ ਹੈਗਾ। ਇਹਨਾਂ ਦੀ ਮੇਜ਼ਰਮੈਂਟ ਹੈਗੀ ਆ 20x9.5 ਇੰਚ। ਉਸ ਤੋਂ ਬਾਅਦ ਜਿਹੜੇ ਆਪਾਂ ਹੈਂਡਲਸ ਕੱਟ ਕੀਤੇ ਸੀ ਉਹਨਾਂ ਨੂੰ ਕਿੱਥੇ ਅਟੈਚ ਕਰਨਾ ਹੈ, ਸਾਈਡਾਂ ਤੋਂ 2.5 ਇੰਚ ਦੀ ਮਾਰਕਿੰਗ ਕਰ ਲੈਣੀ ਅਸੀਂ ਦੋਨੇ ਪੈਨਲਾਂ 'ਤੇ। ਇੱਥੇ ਅਸੀਂ ਰੱਖ ਕੇ ਹੈਂਡਲਸ ਅਟੈਚ ਕਰਨੇ ਆ। ਇਹ ਦੇਖੋ ਮਾਰਕਿੰਗ ਹੋ ਚੁੱਕੀ ਹੈ ਸਾਡੀ, ਹੁਣ ਇਹ ਹੈਂਡਲਸ ਨੂੰ ਰੱਖ ਲੈਣਾ ਇੱਥੇ ਅਤੇ ਚੰਗੀ ਤਰ੍ਹਾਂ ਸਟਿਚ ਲਗਾ ਦੇਣਾ ਹੈ। ਸਾਡੇ ਦੋਨੋਂ ਪੈਨਲਸ ਇਕੱਠੇ ਹੀ ਤਿਆਰ ਹੋ ਜਾਣੇ ਆ ਇਸ ਤਰ੍ਹਾਂ। ਹਾਂਜੀ, ਚੱਲਦੇ ਹਾਂ ਮਸ਼ੀਨ 'ਤੇ, ਹੈਂਡਲਸ ਲਗਾਉਂਦੇ ਹਾਂ। ਹਾਂਜੀ, ਹੈਂਡਲਸ ਸਾਡੇ ਅਟੈਚ ਹੋ ਚੁੱਕੇ। ਉਸ ਤੋਂ ਬਾਅਦ ਜ਼ਿੱਪਰ ਲੰਘੇ ਦੋ, ਜ਼ਿੱਪਰਸ ਨੂੰ ਆਪਾਂ ਵਿੱਚ ਰਨਰ ਪਹਿਲਾਂ ਹੀ ਪਾ ਲੈਣਾ ਆ ਅਤੇ ਰਾਈਟ ਸਾਈਡ ਅੰਦਰ ਕਰਦੇ ਹੋਏ ਦੋਨੇ ਸਾਈਡਾਂ ਸਟਿਚ ਕਰ ਲੈਣੀਆਂ ਇਹਦੀਆਂ। ਇਸ ਤਰ੍ਹਾਂ ਹੀ ਦੂਸਰੇ ਪੈਨਲ 'ਤੇ ਵੀ ਜੇ ਪੇ ਅਟੈਚ ਹੋਣ ਤੋਂ ਬਾਅਦ ਸਾਈਡਾਂ ਦਾ ਸਟਿਚ ਲਗਾ ਦੇਣਾ ਹੈ। ਸਾਈਡਾਂ ਦਾ ਸਟਿਚ ਲਗਾ ਕੇ ਫਿਰ ਅਸੀਂ ਬੇਸ ਦੀ ਕਟਿੰਗ ਕਰਨੀ ਹੈ 1x1 ਇੰਚ। ਦੋਨੇ ਪੈਨਲਾਂ 'ਤੇ ਬੇਸ ਦੀ ਵੀ ਕਟਿੰਗ ਹੋ ਚੁੱਕੀ ਹੈ, ਹੁਣ ਇਹਨੂੰ ਆਪਾਂ ਬੇਸ ਦੀ ਸਟਿਚਿੰਗ ਕਰ ਦਿੰਦੇ ਹਾਂ। ਬੇਸ ਦੀ ਸਟਿਚਿੰਗ ਕਰਨ ਤੋਂ ਬਾਅਦ ਇਹਨੂੰ ਅਸੀਂ ਟਰਨ ਕਰ ਲੈਂਦੇ ਹਾਂ। ਸਾਡੇ ਦੋ ਬੈਗ 2 ਮਿੰਟ ਵਿੱਚ ਤਿਆਰ ਹੋ ਕੇ ਹਨ। ਇਸ ਤਰ੍ਹਾਂ ਹੀ ਅਸੀਂ ਹੋਰ ਵੀ ਬਹੁਤ ਸਾਰੇ ਬੈਗ ਤਿਆਰ ਕਰਨੇ ਆ। ਮੈਂ ਅਪਰੋਕਸੀਮੇਟਲੀ 22 ਦੇ ਕਰੀਬ ਬੈਗ ਤਿਆਰ ਕੀਤੇ ਆ। ਇਹ ਬਹੁਤ ਹੀ ਪਿਆਰੇ ਲੱਗਦੇ ਆ, ਕਿਊਟ ਜਿਹੇ। ਤੁਸੀਂ ਹੈਂਡਲਸ ਵੱਡੇ ਵੀ ਲਗਾ ਸਕਦੇ ਆ, ਸਿੰਗਲ ਵੀ ਲਗਾ ਸਕਦੇ ਆ, ਉਹ ਸਾਈਡ 'ਤੇ ਲੱਗਦਾ ਹੈ। ਇਹ ਦੋ ਦੋ ਲਗਾਏ ਆ ਮੈਂ ਹੈਂਡਲ, ਥੋੜ੍ਹੇ ਛੋਟੇ ਲਗਾਏ ਆ। ਵਧੀਆ ਸਪੇਸ ਆ ਇਹਦੇ ਵਿੱਚ, ਮੋਬਾਈਲ, ਥੋੜ੍ਹੇ ਬਹੁਤੇ ਆਪਣੇ ਪੈਸੇ ਵਗੈਰਾ, ਸਪੈਕਸ ਵਗੈਰਾ, ਕੁਛ ਵੀ ਛੋਟੀਆਂ ਛੋਟੀਆਂ ਚੀਜ਼ਾਂ ਇਹਦੇ 'ਚ ਆ ਜਾਂਦੀਆਂ। ਸੇਮ ਵੇ ਨਾਲ ਮੈਂ ਹੋਰ ਵੀ ਕਿੰਨੇ ਬੈਗ ਤਿਆਰ ਕੀਤੇ ਆ, ਚਲੋ ਦੇਖਦੇ ਹਾਂ। ਇਹ ਦੇਖੋ 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, 21, 22। ਇਹਨਾਂ ਵਿੱਚ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਕਿਹੜਾ ਬੈਗ ਸਭ ਤੋਂ ਵਧੀਆ ਲੱਗਿਆ। ਥੈਂਕਸ ਫੋਰ ਵਾਚਿੰਗ, ਟੇਕ ਕੇਅਰ, ਬਾਏ ਬਾਏ।